IVF ਡੇ ਦੇ ਉੱਤੇ ਤੁਹਾਡਾ ਸਾਰਿਆਂ ਦਾ ਰੇਡੀਅੰਸ ਹਸਪਤਾਲ ਦੇ ਵਿੱਚ ਤੁਸੀਂ ਸਾਰੇ ਪਹੁੰਚੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਕਹਿੰਦੇ ਨੇ ਕਿ ਰੱਬ ਦੀ ਰਾਤ ਹੈ, ਰੱਬ ਦੀ ਮਰਜ਼ੀ ਜਦੋਂ ਝੋਲੀ ਦੇ ਵਿੱਚ ਪਾਉਣਾ, ਪਰ ਵਿਗਿਆਨ ਨੇ ਬਹੁਤ ਸਾਰੀਆਂ ਚੀਜ਼ਾਂ ਦੀ ਵਿੱਚ ਤਬਦੀਲੀ ਲੈ ਆਉਂਦੀ, ਬਦਲ ਕੇ ਰੱਖ ਦਿੱਤਾ ਹੈ, ਅਤੇ ਰੱਬ ਨੇ ਆਪਣੇ ਅੱਗੇ ਵੀ ਉਹਨਾਂ ਮਾਹਰ ਡਾਕਟਰਾਂ ਨੂੰ ਲਿਆ ਕੇ ਖੜਾ ਕਰ ਦਿੱਤਾ ਕਿ ਤੁਸੀਂ ਜਾਓ ਇੱਕ ਮਸੀਹਾ ਦੇ ਤੌਰ 'ਤੇ ਜਾ ਕੇ ਕੰਮ ਕਰੋ, ਅਤੇ ਉਹ ਜੋੜੇ ਜਿਹੜੇ ਚਾਹੁੰਦੇ ਨੇ। ਵੈਸੇ ਤਾਂ ਅਸੀਂ ਗੱਲ ਕਰੀਏ, ਜਦੋਂ ਵੀ ਗ੍ਰਸਥੀ ਜੀਵਨ ਦੀ ਸਟਾਰਟ ਹੁੰਦੀ ਆ ਤਾਂ ਹਰ ਇੱਕ ਮਾਤਾ ਪਿਤਾ ਦੀ ਇਹੀ ਇਹ ਹੁੰਦੀ ਆ ਕਿ ਸਾਡੇ ਘਰ ਦੇ ਵਿੱਚ ਕਿਲਕਾਰੀ ਹੋ ਜੇ, ਅਤੇ ਇਸ ਕਿਲਕਾਰੀ ਦੇ ਸਦਕਾ ਹੀ ਵਿਹੜੇ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ, ਅਤੇ ਤੁਹਾਡੇ ਵਿਹੜੇ ਦੇ ਵਿੱਚ ਜਿਨ੍ਹਾਂ ਦੇ ਸਦਕਾ ਕਿਲਕਾਰੀਆਂ ਗੂੰਜੀਆਂ ਨੇ ਉਹਨਾਂ ਦੇ ਨਾਮ 'ਤੇ ਇੱਕ ਵਾਰੀ ਦਾੜੀ ਲਾ ਦਿਓ। ਸੋ ਮਸੀਹਾ ਦੇ ਰੂਪ ਵਿੱਚ ਤੁਹਾਡੇ ਸਾਰਿਆਂ ਦੇ ਸਾਹਮਣੇ ਡਾਕਟਰ ਰਿੰਮੀ ਸਿੰਘ, ਡਾਕਟਰ ਰਮਨ ਸਿੰਘ ਦਾ, ਕਿਉਂਕਿ ਕਹਿੰਦੇ ਨੇ ਕਿ ਪਰਮਾਤਮਾ ਆਪ ਡਾਕਟਰ ਦੇ ਵਿੱਚ ਵਾਸ ਕਰਦਾ ਹੈ। ਜਦੋਂ ਕੋਈ ਵੀ ਆਪਰੇਸ਼ਨ ਹੁੰਦਾ ਹੈ, ਜਦੋਂ ਕੋਈ ਵੀ ਪੀੜਤ ਵਿਅਕਤੀ ਜਾਂ ਜਦੋਂ ਕੋਈ ਵੀ ਮਰੀਜ਼ ਵਿਅਕਤੀ ਅੱਗੇ ਆਉਂਦਾ ਹੈ, ਅਤੇ ਉਦੋਂ ਜਿੱਥੇ ਰੱਬ ਦੇ ਅੱਗੇ ਅਰਦਾਸ ਕੀਤੀ ਜਾਂਦੀ ਆ, ਉੱਥੇ ਹੀ ਬਹੁਤ ਸਾਰੇ ਪੇਸ਼ੈਂਟ ਐਸੇ ਹੁੰਦੇ ਨੇ ਜਿਹੜੀ ਆਪਣੀ ਪੂਰੀ, ਜਿਨ੍ਹਾਂ ਦਾ ਵਿਸ਼ਵਾਸ ਹੁੰਦਾ ਕਿ ਨਹੀਂ ਡਾਕਟਰ ਸਾਡੇ ਕੋਲ ਆ, ਹੁਣ ਸਭ ਕੁਝ ਠੀਕ ਹੋ ਜਾਣਾ, ਸਭ ਕੁਝ ਠੀਕ ਹੋਇਆ ਨਾ, ਘਰ ਦੇ ਵਿੱਚ ਕਿਲਕਾਰੀਆਂ ਗੂੰਜੀਆਂ ਨਾ, ਇੰਨੇ ਪਿਆਰੇ ਪਿਆਰੇ ਮਾਸੂਮ ਮਾਸੂਮ ਕਿੰਨੇ ਸੋਹਣੇ ਸੋਹਣੇ ਭੋਲੇ ਭਾਲੇ ਬੱਚੇ ਕਿੰਨੇ ਕਿਊਟ ਲੱਗ ਰਹੇ ਨੇ ਅੱਜ ਇੱਥੇ ਪਹੁੰਚੇ ਨੇ। ਵਰਲਡ IVF ਡੇ ਦੇ ਮੌਕੇ ਤੇ ਰੈਡੀਅੰਸ ਹਸਪਤਾਲ ਦੇ ਵੱਲੋਂ ਬੇਬੀ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਲਗਭਗ 50 ਤੋਂ ਵੀ ਵੱਧ ਉਹਨਾਂ ਜੋੜਿਆਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਜਿਨ੍ਹਾਂ ਨੂੰ ਔਲਾਦ ਸੁੱਖ ਦੀ ਪ੍ਰਾਪਤੀ IVF ਤਕਨੀਕ ਦੇ ਰਾਹੀਂ ਵਿਆਹ ਤੋਂ ਕਈ ਵਰ੍ਹਿਆਂ ਬਾਅਦ ਪ੍ਰਾਪਤ ਹੋਈ। ਆਯੋਜਿਤ ਕੀਤੇ ਗਏ ਇਸ ਸ਼ੋਅ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਗੋਦੀ ਦੇ ਵਿੱਚ ਚੁੱਕ ਕੇ ਮਾਪਿਆਂ ਵੱਲੋਂ ਰੈਂਪ ਵਾਕ ਵੀ ਕੀਤਾ ਗਿਆ। ਇੱਥੇ ਹੀ ਬਸ ਨਹੀਂ, 3 ਤੋਂ 7 ਸਾਲ ਦੇ ਛੋਟੇ ਛੋਟੇ ਬੱਚਿਆਂ ਦੇ ਬਹੁਤ ਸਾਰੇ ਦਿਲਚਸਪ ਮੁਕਾਬਲੇ ਵੀ ਕਰਵਾਏ ਗਏ। ਪ੍ਰੋਗਰਾਮ ਦੇ ਦੌਰਾਨ ਹਾਜ਼ਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਸਿੱਧ ਡਾਕਟਰ ਰਿੰਮੀ ਸਿੰਗਲਾ ਨੇ ਦੱਸਿਆ ਕਿ ਉਹਨਾਂ ਦੇ ਹਸਪਤਾਲ ਦੇ ਵਿੱਚ ਜਿੱਥੇ ਗਰਭਵਤੀ ਮਹਿਲਾਵਾਂ ਦੇ ਲਈ ਆਧੁਨਿਕ ਤਕਨੀਕ ਦੇ ਨਾਲ ਲੈਸ ਵਧਾਰ ਸਹੂਲਤ ਮੌਜੂਦ ਹੈ, ਉੱਥੇ ਹੀ ਬਾਜਪਨ ਦੇ ਇਲਾਜ ਦੇ ਵਿੱਚ ਵੀ ਹਸਪਤਾਲ ਦੀ ਵਿਸ਼ੇਸ਼ ਮੁਹਾਰਤ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਅੱਜ ਅਜਿਹੇ ਜੋੜੇ ਵੀ ਪਹੁੰਚੇ ਹਨ ਜਿਨ੍ਹਾਂ ਨੂੰ ਵਿਆਹ ਤੋਂ ਕਈ ਸਾਲਾਂ ਬਾਅਦ ਸੰਤਾਨ ਸੁੱਖ ਦੀ ਪ੍ਰਾਪਤੀ ਹੋਈ ਹੈ। ਅਜਿਹੇ ਜੋੜਿਆਂ ਦੇ ਵਿੱਚ ਇੱਕ ਅਜਿਹਾ ਜੋੜਾ ਵੀ ਹੈ ਜਿਸ ਨੂੰ ਔਲਾਦ ਸੁੱਖ ਦੀ ਪ੍ਰਾਪਤੀ ਵਿਆਹ ਤੋਂ 22 ਸਾਲਾਂ ਬਾਅਦ ਹੋਈ। ਅੱਛਾ ਗਗਨ, ਬੇਟਾ ਹੈ? ਹਾਂਜੀ। ਬੇਟੀ ਹੈ? ਬੇਟਾ। ਬੇਟਾ ਹੈ। ਜਦੋਂ ਡਿਲੀਵਰੀ ਹਲੇ ਨਹੀਂ ਸੀ ਹੋਈ, ਤੁਸੀਂ ਮੈਮ ਦੇ ਕੋਲ ਪਹੁੰਚੇ ਸੀ, ਤੇ ਉਦੋਂ ਮਨ ਦੇ ਵਿੱਚ ਅਰਦਾਸ ਕੀ ਚੱਲਦੀ ਸੀ, ਆਸ ਮਨ ਦੇ ਵਿੱਚ ਕੀ ਸੀ, ਬੇਟਾ ਚਾਹੀਦਾ ਬੇਟੀ? ਮੈਮ ਇਹੋ ਜਿਹਾ ਕੁਛ ਨਹੀਂ, ਬਸ ਇਹ ਸੀ ਕਿ ਬੇਬੀ ਹੋ ਜਾਏ ਤੇ ਹੈਲਦੀ ਹੋਏ, ਬਸ ਵਾਹਿਗੁਰੂ ਦੀ ਕਿਰਪਾ ਨਾਲ। ਬਾਕੀ ਇਟ ਡਸਨਟ ਮੈਟਰ ਕਿ ਮੁੰਡਾ ਹੈ ਜਾਂ ਕੁੜੀ ਹੈ, ਸਾਨੂੰ ਦੋਨੋਂ ਇਕੁਅਲੀ ਪਿਆਰੇ ਨੇ। ਕੋਈ ਰਾਤ ਨੂੰ ਨਾਲ ਵਿਚਕਾਰ ਜਦੋਂ ਬੱਚਾ ਸੌਂਦਾ ਹੈ ਤੇ ਉਹ ਸਮੇਂ ਜੇਕਰ ਬੱਚਾ ਰੋਵੇ, ਪਹਿਲਾਂ ਕੌਣ ਚੁੱਕਦਾ, ਮੰਮਾ ਜਾਂ ਪਾਪਾ? ਮੈਮ ਇਸ ਤੋਂ ਪਹਿਲਾਂ ਮੈਂ ਹੀ ਸੌਂ ਜਾਂਦਾ। ਇਹ ਵੈਸੇ ਸੱਚਾਈ ਹੈ ਜੀ, ਤੁਸੀਂ ਦੇਖੋ ਵੀ ਆਮ ਤੌਰ 'ਤੇ ਜਦੋਂ ਵੀ ਬੱਚਾ ਰੋਂਦਾ ਹੈ ਨਾ, ਮਦਰ ਦੀ ਕਹਿੰਦੇ ਨੇ ਕਿ ਮਾਂ ਜਿਹੜੀ ਹੁੰਦੀ ਹੈ ਨਾ ਉਹ ਜ਼ਿਆਦਾ ਸੌਰੀ ਤੁਹਾਡੇ ਸਾਰਿਆਂ ਤੋਂ ਵੈਸੇ, ਪਰ ਜਿਹੜੀ ਸੱਚਾਈ ਆ, ਮਾਂ ਭਾਵੇਂ ਕਿੰਨੀ ਵੀ ਥੱਕੀ ਹੋਵੇ, ਕਿੰਨਾ ਵੀ ਘਰ ਦਾ ਕੰਮ ਕਾਰ ਕੀਤਾ ਹੋਵੇ ਜਾਂ ਬਾਹਰ ਵੀ ਵਰਕਿੰਗ ਹੋਵੇ, ਜੇਕਰ ਬੱਚਾ ਰੋ ਪਿਆ ਤੇ ਮਾਂ ਦੀ ਪਹਿਲੀ ਆਵਾਜ਼ ਤੇ ਜਿਹੜੀ ਹੈਗੀ ਅੱਖ ਖੁੱਲ ਜਾਂਦੀ ਹੈ, ਪਾਪਾ ਸੌ ਜਾਂਦੇ ਨੇ। ਮੰਨਦੇ ਹੋਏ ਜੀ? ਬਿਲਕੁਲ ਜੀ। ਹੋਰ ਅੱਗੇ ਫਿਊਚਰ ਨੂੰ ਲੈ ਕੇ ਜੇਕਰ ਮੈਂ ਗੱਲ ਕਰਾਂ ਤਾਂ ਹਲੇ ਬੱਚਾ ਵੈਸੇ ਤਾਂ ਬਹੁਤ ਜ਼ਿਆਦਾ ਛੋਟਾ ਹੈਗਾ,
ਪਰਮਾਨ ਦੇ ਵਿੱਚ ਆਸਾਂ ਉਮੀਦਾਂ ਕੀ ਨੇ, ਕੀ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹੋ? ਦੇਖੋ, ਮੈਂ ਤਾਂ ਇਹੀ ਕਹਿੰਦਾ ਕਿ ਬਸ ਕਾਬਿਲ ਬਣ ਜੇ ਆਪਣੇ ਪੈਰਾਂ ਦੇ ਆਪ ਖੜਾ ਹੋ ਜੇ, ਠੀਕ ਹੈ ਨਾ? ਚਾਹੇ ਹੁਣ ਜਿੱਦਾਂ ਮੈਂ ਆਪਣੀ ਗੱਲ ਕਰਾਂ ਤੇ ਮਤਲਬ ਅਸੀਂ 35% ਵਾਲੇ ਪਾਸ ਹੋਣ ਵਾਲਿਆਂ ਚੋਂ ਹੀ ਆ, ਠੀਕ ਹੈ ਨਾ? ਬਸ ਮੈਨੂੰ ਇਹ ਹੈ ਕਿ ਵੀ ਪਾਸ ਹੋ ਜਾਇਆ ਕਰੇ, ਬਸ ਇਹਨਾਂ ਕੋਲ ਇਲਾਜ ਰੱਖ ਲਏ ਸਾਡੀ। ਜੀ ਜੀ, ਬਹੁਤ ਬਹੁਤ ਧੰਨਵਾਦ। ਨੈਕਸਟ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਬੇਟਾ ਤੇ ਬੇਟੀ ਦੇ ਵਿੱਚ ਵੈਸੇ ਤਾਂ ਜਿਹੜਾ ਹੈਗਾ ਕੋਈ ਵੀ ਫਰਕ ਨਹੀਂ ਕੀਤਾ ਜਾਂਦਾ, ਪਰ ਬਾਵਜੂਦ ਇਸ ਤੇ ਇੱਕ ਤਬਕਾ ਐਸਾ ਵੀ ਹੈ ਜਿਹੜਾ ਫਿਰ ਵੀ ਕਹਿੰਦਾ ਕਿ ਨਹੀਂ ਸਾਨੂੰ ਜਿਹੜਾ ਹੈਗਾ ਬੇਟਾ ਚਾਹੀਦਾ। ਜਦੋਂ ਬੇਟੀ ਆਈ ਤੇ ਉਹਦੀ ਹੀ ਕਹਿੰਦੇ ਨੇ ਕਿ ਅੱਜ ਕੱਲ੍ਹ ਜਿਹੜਾ ਸਵਾਗਤ ਕਰਨ ਦੇ ਢੰਗ ਜਿਹੜੇ ਹੁੰਦੇ ਨੇ ਵੱਖੋ ਵੱਖਰੇ ਹੁੰਦੇ ਨੇ, ਤੁਸੀਂ ਕਿਵੇਂ ਸਵਾਗਤ ਕੀਤਾ ਸੀ? ਅਸੀਂ ਤਾਂ ਜਿੱਦਾਂ ਲੋਕ ਨੂੰ ਸਵਾਦ ਕਰੀਦਾ, ਮੁੰਡਾ ਕੁੜੀ ਦਾ ਕੋਈ ਫਰਕ ਨਹੀਂ ਰੱਖਿਆ, ਲੋਹੜੀ ਵੀ ਮਨਾਈ ਜਾਂਦੀ ਹੈ ਡੀਜੇ ਲਗਾ ਕੇ। ਅਸੀਂ ਤੁਸੀਂ ਕਿਵੇਂ ਸਵਾਗਤ ਕੀਤਾ ਸੀ ਜਦੋਂ ਪਹਿਲੀ ਵਾਰੀ ਪਤਾ ਲੱਗਿਆ, ਫੋਨ ਤੇ ਖਬਰ ਮਿਲੀ ਸੀ ਜਾਂ ਤੁਸੀਂ ਉਸ ਸਮੇਂ ਹੌਸਪੀਟਲ ਸੀ? ਉਸ ਟਾਈਮ ਮਨ ਦੇ ਖਾਬ ਪਾਤੀ ਸੀ, ਪਹਿਲਾ ਬੱਚਾ ਸੀਗਾ ਸਾਡੀ ਫੈਮਿਲੀ ਦਾ, ਕਿਉਂਕਿ ਸਿਸਟਰ ਦੀ ਮੈਰਿਜ ਹੋਈ ਹੋ ਗਈ 9 ਸਾਲ, ਉਹਨਾਂ ਦਾ ਹੁਣ ਹੋਣ ਵਾਲਾ ਹੈ ਤੇ ਫਸਟ ਮੇਰਾ ਬੱਚਾ ਹੋਇਆ, ਜਿੱਦਾਂ ਤਾਂ ਕਾਫੀ ਜ਼ਿਆਦਾ ਇਮੋਸ਼ਨ ਜੁੜੇ ਸੀ ਸਾਰਿਆਂ ਦੇ, ਸਾਰੇ ਰੋ ਰਹੇ ਸੀ ਉਸ ਟਾਈਮ ਜੀ। ਤੇ ਉਸ ਟਾਈਮ ਸਾਲਾਂ ਪਹਿਲਾਂ ਤਾਂ ਆਇਆ ਸੀਗਾ ਕਿ ਵਾਈਫ ਠੀਕ ਰਹੇ, ਮੇਰਾ ਧਿਆਨ ਉੱਤੇ ਸੀਗਾ ਕਿ ਕਿਉਂਕਿ ਥੋੜ੍ਹਾ ਜਿਹਾ ਵੇਟ ਇਸ਼ੂ ਸੀਗਾ ਤੇ ਵਾਈਫ ਨਾਲ ਉਹ ਹੋ ਰਿਹਾ ਸੀਗਾ ਕਿ ਵਾਈਫ ਮੇਰੀ ਠੀਕ ਹੋਣੀ ਚਾਹੀਦੀ। ਮੈਂ ਕਿਹਾ ਬੱਚਾ ਦੇਖਾਂ ਨਾ ਪਹਿਲਾਂ, ਪਹਿਲਾਂ ਮੈਂ ਦੇਖਿਆ ਵਾਈਫ ਕਹਿੰਦੇ ਠੀਕ ਆ, ਫਿਰ ਮੈਂ ਬੇਬੀ ਦੇਖਿਆ ਗੁੜੀ ਹੋ ਗਈ ਪਤਾ ਲੱਗਿਆ ਸੀਗਾ ਤੇ ਬਹੁਤ ਖੁਸ਼ ਸੀ। ਆਪਣੀ ਇਸੇ ਖੁਸ਼ੀ ਨੂੰ ਜ਼ਾਹਰ ਕਰਦੇ ਹੋਏ ਜੇ ਦੋ ਸ਼ਬਦ ਡਾਕਟਰ ਰਿੰਮੀ ਸਿੰਗਲਾ ਬਾਰੇ, ਡਾਕਟਰ ਰਮਨ ਸਿੰਗਲਾ ਬਾਰੇ ਤੁਸੀਂ ਕਹਿਣੇ ਹੋਣ ਤਾਂ ਕੀ ਕਹੋਗੇ? ਇਹ ਤਾਂ ਸਾਡੇ ਦਾ ਸਿਰਾ ਬਣ ਕੇ ਆਏ ਨੇ, ਕਿਉਂਕਿ ਇਹਨਾਂ ਦੀ ਗਾਈਡੈਂਸ ਦੇ ਨਾਲ ਹੀ ਆਪਾਂ ਚੱਲਦੇ ਰਹੇ ਹਾਂ ਅਤੇ ਕਾਫੀ ਡਰ ਰਹੇ ਸੀਗੇ ਅਸੀਂ ਨਾ, ਅਤੇ ਜਿੱਦਾਂ ਮੇਰੀ ਵਾਈਫ ਨਾ ਕਹਿੰਦੀ ਕੋਈ ਵੀਡੀਓ ਕਾਲ 'ਤੇ ਬਹਿੰਦੀ ਸੀ ਕਿੱਦਾਂ ਮਤਲਬ ਓਪਰੇਸ਼ਨ ਵਗੈਰਾ ਕਿੱਦਾਂ ਹੁੰਦੇ ਨੇ, ਬਟ ਮੈਮ ਨੇ ਕਾਫੀ ਅੱਛੀ ਤਰ੍ਹਾਂ ਗਾਈਡ ਕੀਤਾ ਕਿ ਘਬਰਾਉਣਾ ਅਸੀਂ ਸਾਰੇ ਨਾਲ, ਅਤੇ ਸਰ ਨੇ ਵੀ ਬਹੁਤ ਕੀਤਾ ਅਤੇ ਸਟਿਚਸ ਵਗੈਰਾ ਮਾਸਕ ਵਗੈਰਾ ਵੀ ਕੁਛ ਜ਼ਿਆਦਾ ਉਹ ਆਏ ਨਹੀਂ ਅਤੇ ਉਸ ਚੀਜ਼ ਬਹੁਤ ਖੁਸ਼ ਹੈਗੇ ਆ, ਅਤੇ ਪੇਨਲੈਸ ਹੀ ਸੀਗਾ ਸਾਰਾ ਕੁਛ। ਤੁਸੀਂ ਵਰਕ ਕੀ ਕਰਦੇ ਹੋ, ਬਾਈ ਪ੍ਰੋਫੈਸ਼ਨ ਕੀ ਕਰਦੇ ਹੋ? ਸੈਲੂਨ ਹੈ। ਕਦੇ ਕਦੇ ਦਿਲ ਕਰਦਾ ਕਿ ਵੀ ਸੈਲੂਨ ਦੇ ਉੱਤੇ ਛੁੱਟੀ ਲੈ ਕੇ ਫੁੱਲ ਦੇ ਬੱਚੇ ਦੇ ਨਾਲ ਪਸੰਦ ਕਰਨਾ ਹੈ। ਹਾਂ, ਉਹ ਤਾਂ ਮਨ ਕਰਦਾ ਹੁੰਦਾ ਮੰਗਲ ਟਿਊਜ਼ਡੇ ਆਏ ਟਾਈਮ ਸਪੈਂਡ ਹੀ ਕਰੀਦਾ ਆ, ਰਾਤ ਦੇ ਆ ਕੇ ਟਾਈਮ ਸਪੈਂਡ ਕਰਦਾ, ਤੇ ਵੈਸੇ ਦਿਲ ਹੀ ਕਰਦਾ ਹੁੰਦਾ ਜਾਂ ਵੀ ਚੱਕਰ ਲੱਗਦਾ।